ਅਸਲਾਮੁਆਲੈਕੁਮ ਰahmatullahi ਬਰਕਾਤੋ ਕੀ ਹਾਲੇ ਮੇਰੇ ਭੈਣਾ ਭਰਾਵਾਂ ਦਾ ਮੇਰੇ ਦੋਸਤਾਂ ਦਾ ਮੇਰੇ ਮਸਣਾ ਦਾ ਬਜ਼ੁਰਗਾਂ ਦਾ ਸਾਰੇ ਠੀਕ ਹੋ ਤੁਸੀਂ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇਵੇ ਤੇ ਖੁਸ਼ ਰਹੋ ਹੁਣ ਮੈਨੂੰ ਗੱਲ ਇੱਕ ਨਾ ਬੜੀ ਜ਼ਰੂਰੀ ਜਿਹੜੀ ਕਰਨੀ ਹੈ ਉਹ ਅੱਜ ਮੈਂ ਵੇਖੀ ਵੇਖੀ ਇਹ ਵੇ ਕਿ ਮੇਨ ਬੜਾ ਦੁੱਖ ਹੋਇਆ ਦੁੱਖ ਕਿਸ ਕਲ ਹੋਇਆ ਦੋ ਤਿੰਨ ਚੀਜ਼ਾਂ ਅੱਜ ਜਨਾਬ ਵਜ਼ੀਰ ਸਾਹਿਬ ਜਾ ਰਹੇ ਹਨ ਕੋਈ ਵਜ਼ੀਰ ਸਾਹਿਬ ਆ ਪਿੱਛੇ ਗੱਡੀਆਂ ਅੱਗੇ ਪਿੱਛੇ ਪ੍ਰੋਟੋਕੋਲ ਜਨਾਬ ਮਤਲਬ ਗੱਡੀਆਂ ਦੀ ਮਤਲਬ ਮਤਲਬ ਤੱਕ ਤੱਕ ਲੱਗਿਆ ਤੇ ਗੱਡੀਆਂ ਜਨਾਬ ਜਾ ਰਹੀਆਂ ਇੱਕੋ ਜਿਹੀਆਂ ਜਾਂਦੀਆਂ ਰਹੀਆਂ ਤੇ ਉਹ ਗੱਡੀਆਂ ਮੈਂ ਫੇਖ ਨਾ ਪਿਆ ਕਿਉਂਕਿ ਹੁਣ ਇੰਦੇ ਹਾਲਾਤ ਹੋ ਗਏ ਨੇ ਕਿ ਹੁਣ ਜੇ ਵੀ ਆਪੇ ਵੀ ਸਫ਼ਰ ਕਰਨਾ ਹੋਵੇ ਨਾ ਹੁਣ ਮੈਂ ਮਤਲਬ ਮੈਂ ਕਿੱਥੇ ਜਾਣਾ ਹੋਵੇ ਨਾ ਕੋਸ਼ਿਸ਼ ਕਰੀਦੀ ਯਾਰ ਕਿ ਇਧਰ ਵੀ ਫਲਾਣਾ ਫਲਾਣਾ ਇਕੱਠੇ ਕੰਮ ਕਰਕੇ ਯਾਰ ਇਧਰ ਉਧਰ ਨਾ ਜਾਈ ਜਾਈਏ ਮਤਲਬ ਜਾਣਾ ਪਵੇ ਮਤਲਬ ਕਿਧਰੇ ਵੀ ਜਾਣਾ ਹੋਵੇ ਰੱਖਦਾ ਯਾਰ ਕਿ ਦੋ ਤਰੇ ਕੰਮ ਇਕੱਠੇ ਕਰ ਲਈ ਫੇਰ ਅੱਜ ਜਾਈਏ ਕਿਉਂਕਿ ਪੈਟਰੋਲ ਬੜਾ ਮਹਿੰਗਾ ਹੋ ਗਿਆ ਕਿਉਂਕਿ ਲੱਖ ਕਰੋੜ ਛੜੇ ਨਾ ਕਿ ਮਗਾਈ ਨੇ ਸਹੀ ਅਸਰ ਚ ਸਵਾਦ ਆ ਗਿਆ ਹੁਣ ਇਤਨੀ ਮਤਲਬ ਇਤਨਾ ਕਿ ਹਕੂਮਤਾਂ ਸਾਡੇ ਨਾਲ ਕਰ ਰਹੀਆਂ ਨੇ ਕਿ ਮਤਲਬ ਉਹਨਾਂ ਨਾਲ ਕਿਹਾ ਬਿਲਕੁਲ ਐਂ ਤੂੰ ਯਾਰ ਕੀ ਕਰੋ ਦੇ ਜ਼ਿੰਦਗੀ ਭੁੱਲ ਜਾਓ ਦੇ ਅੱਛਾ ਗੱਡੀਆਂ ਵੇਖ ਲਈਆਂ ਪ੍ਰੋਟੋਕੋਲ ਜਾ ਰਿਹਾ ਹੈ ਤੇ ਗੱਡੀਆਂ ਮੈਸੇਜ ਵੇਖਣਾ ਪਿਆ ਮੈਂ ਨਾ ਪਟ્રોલ ਇਤਨਾ ਸੜਦਾ ਹੈ ਇਹਨਾਂ ਦਾ ਇਹਨਾਂ ਦਾ ਇਤਨਾ ਪਟ્રોલ ਸੜਦਾ ਤੇ ਇਹ ਮਤਲਬ ਇਹ ਗਰ ਇਸ ਵਜ਼ੀਰ ਨਾਲ ਇਤਨੀਆਂ ਗੱਡੀਆਂ ਸੜਦਾ ਪਟ્રોલ ਸੜਦਾ ਤੇ ਬਾਕੀ ਸਾਰੇ ਵਜ਼ੀਰ ਜਿਹੜੇ ਤੇ ਫੈਡਰਲ ਸੈਕਟਰੀ ਜਿਹੜੇ ਤੇ ਸਾਰਾ ਜਿਹੜਾ ਸਿਸਟਮ ਹੈ ਉਹਦਾ ਉਹ ਕਿਵੇਂ ਮਾਮਲਾਤ ਹੋਣ ਦੇ ਕਿਉਂਕਿ ਪ੍ਰੋਟੋਕੋਲ ਦੀ ਹੈ ਇਹ ਇੰਤਹਾ ਹੀ ਪਈ ਤੇ ਸਾਡੇ ਜਿਹੜੇ ਮਤਲਬ ਪ੍ਰੋਟੋਕੋਲ ਜ਼ਿਮੀਦਾਰ ਮਿਲਦਾ ਪਿਆ ਉਹ ਫਿਰ ਉਸ ਤੋਂ ਜ਼ਿਆਦਾ ਮਿਲਦਾ ਪਿਆ ਜ਼ਿਮੀਦਾਰ ਜਨਾਬ ਜਿਹੜੇ ਬੜੇ ਇੱਜ਼ਤਦਾਰ ਨਾਲ ਬੰਦੇ ਜ਼ਿੰਮੇਦਾਰਾਂ ਸੀ ਬੜੇ ਇੱਜ਼ਤਦਾਰਾਂ ਹਕੂਮਤ ਆਖਿਆ ਤੁਹਾਡੀ ਮੈਂ ਇੱਜ਼ਤ ਅਸਾਂ ਦਵਾਨ ਨਹੀਂ ਕਰਨ ਤੁਹਾਡੀ ਨਹੀਂ ਰਾਨ ਦੇਣੀ ਕਿਉਂਕਿ ਤੁਸੀਂ ਇੱਜ਼ਤਦਾਰ ਕਿਉਂ ਹੋ ਤੁਸੀਂ ਸਨ ਫਸਲਾਂ ਔਰ ਸਾਰੀਆਂ ਹੋਗਾ ਕਿ ਮਿਹਨਤ ਦਿਨ ਰਾਤ ਕਰਕੇ ਖੇਤਾਂ ਵਿੱਚ ਉਹ ਕੇ ਸਾਰਾ ਮਾਮਲਾਤ ਕਰਕੇ ਸਰਦੀਆਂ ਗਰਮੀਆਂ ਨੇ ਉਹ ਵੇਦੇ بارش ਜੱਕੜ ਨਾ ਵੇਦੇ ਸਨ ਦੇ ਦਿੰਦੇ ਹੋ ਤੁਸੀਂ ਇਹ ਸਾਰੀ ਹਾਸ਼ਿਆ ਬਣਾ ਕੇ ਤੁਸੀਂ ਕਿਉਂ ਕਰਦੇ ਹੋ ਲੈਣਾ ਹੀ ਕਰੋ ਕੇ ਜਨਾਬ ਬੜੀ ਇੱਜ਼ਤ ਹੈ ਹੁਣ ਜਨਾਬ ਫਾਰਮਰ ਜਿਹੜਾ ਮੰਡੀ ਦੁਕਾਨਦਾਰ ਜਿਹੜੇ ਨਾ ਤੇ ਦੂਸਰੇ ਜਿਹੜਾ ਸਿਲਹ ਜ਼ਿਲ੍ਹੇ ਚ ਜਿੱਥੇ ਜ਼ਿਲ੍ਹਾ ਜਿਹੜਾ ਜ਼ਿਲ੍ਹਾ जनाब दुकान खाद, दस दिन को खाद खा देनी महंगी खाद जनाब तरलिया मिन्ता ना लेंदेना जिस वे उस रोना आंद खुदा ने एक दो बंद फोन लाया जिम्मेदारा अदरवाइज हुकूमत ने फद के आया सन तबीयत साफ कर छड़ी पिछलियां बड़ा चंगा कर दी पर बिलकुल कोई जी कोई इज्जत नफ्स जी किसी रह ही नहीं गई हर बंदे की इज्जत नफ्स मजरू हो गई है ਕੁਈ ਦੁਕਾਨਦਾਰ ਹੈ ਬੇਚਾਰਾ ਦੁਨ ਟੈਕਸ ਦੇ ਰਿਹਾ ਉਹਦੀ ਕੋਈ ਇੱਜ਼ਤ ਨਹੀਂ ਜਿਸ ਵੇ ਮਰਜ਼ੀ ਜੋ ਮਰਜ਼ੀ ਉਹਦਾ ਕੀਤਾ ਜਾਵੇ ਔਰ ਉਸ ਤੋਂ ਇਲਾਵਾ ਮੈਂ ਇਹ ਗੱਲ ਬਕਰਨਾ ਅੱਜ ਮੈਂ ਇੱਕ ਨਾ ਜਖਤ ਬਿਠਿਆ ਤੇ ਉਹ ਤੇ ਨਾ ਦੋ ਬੰਦੇ ਬੜੇ شریف ਆਦਮੀ ਕਹਿੰਦੇ ਜੀ ਅਸੀਂ اسلامਬਾਦ ਜਦੋਂ ਬਣਿਆ ਹੈ ਨਾ ਤੇ اسلامਬਾਦ ਜਦ ਅਸੀਂ ਬਣਿਆ ਤੇ ਅਸੀਂ 1965 ਚ اسلامਬਾਦ ਆਏ ਤੇ ਬੜੀਆਂ ਜ਼ਬਰਦਸਤ ਗੱਲਾਂ ਕੀਤੀਆਂ ਮੈਂ ਕਿਹਾ ਹੁਣ ਕੀ ਮਤਲਬ ਇੱਕ ਦੋ ਆਧਾ ਦਿਨ ਹੁਣ ਕੀ ਹੋਵੇਦਾ ਮੈਂ ਕਿਹਾ ਜੀ ਤੁਸੀਂ ਦੱਸੋ ਜਨਾਬ ਬਜ਼ੁਰਗੋ ਤੁਸੀਂ ਸਾਨੂੰ ਦੱਸ ਆਦਿ ਯਾਰ ਕੀ ਹੋਣਾ ਹੈ ਆਦਿ ਨੇ ਇਸ ਵਾਸਤੇ ਇਹ ਹੋਣਾ ਕੀ ਹੈ ਇਹ ਉਹ ਆਦਿ ਕਿ ਜਦੋਂ ਪ੍ਰੋਟੋਕੋਲ ਖਤਮ ਹੋਵੇਦਾ ਨਾ ਜਦੋਂ ਬਿਊਰੋਕ੍ਰੇਟ ਕੋਲ ਗੱਡੀਆਂ ਤੇ ਮਤਲਬ ਮੁਲਾਜ਼ਮ ਤੇ ਮਾਲੀ ਤੇ ਇਹ ਸਾਰਾ ਸਿਸਟਮ ਜਦੋਂ ਘਟਣ ਦੇ ਨਾ ਫਿਰ ਮੁਲਕ ਤਰੱਕੀ ਕਰੇਗਾ ਗੱਲ ਤਾਂ ਮੈਂ ਆਖਿਆ ਠੀਕ ਹੈ ਦੋ ਬਾਬੇ ਮਤਲਬ ਮੈਂ ਆਖਿਆ ਗੱਲ ਤਾਂ ਤੁਹਾਡੀ ਸਹੀ ਹੈ ਆਦਿ ਨੇ ਸੀ ਪੋਤਰਾ ਲੈ ਆ ਪਬਿਕ ਥਾਂ ਕਿਧਰੇ ਤੇ ਸਕੂਲ ਮਤਲਬ ਗੱਪਸ਼ਪ ਹੁੰਦੀ ਪਈ ਆਈ ਤੇ ਕਹਿੰਦੇ ਨੇ ਕਿ ਸਾਡੀ ਹੁਣ ਜ਼ਿੰਮੇਵਾਰੀ ਹੈ ਕਿ ਪੋਤਰੀਆਂ ਨੂੰ ਸਕੂਲੋਂ ਛੱਡਨੇ ਆ ਤੇ ਲੈਉਣੇ ਹੋਰ ਕੋਈ ਕੰਮ ਨਹੀਂ ਸਾਡਾ ਤੇ ਆ ਦਿਨ ਜੀ ਘਰ ਦੇ ਆ ਤੇ ਤੁਹਾਡਾ ਕੋਈ ਕੰਮ ਨਹੀਂ ਤੁਸੀਂ ਵੇਲੇ ਹੋ ਅਸੀਂ ਵੇਲੇ ਆ ਸਵੇਰ ਆਏ ਆ ਤੇ ਮਤਲਬ ਅਸੀਂ ਵੇਲੇ ਆ ਗੱਲ ਅੱਛਾ ਗੱਲ ਮੈਂ ਉਸ ਹਲ ਮੌਜੂਦ ਉਹ ਆਦਨ ਕਿ ਜੀ ਇਹ ਹੋਣਾ ਚਾਹੀਦਾ ਹੈ ਕਿ ਸਾਰਾ ਸਿਸਟਮ ਜਿਹੜਾ ਹੈ ਮਤਲਬ ਹੈ ਕਿ ਪ੍ਰੋਟੋਕੋਲ ਜਿਹੜਾ ਨਾ ਇਹ ਉਸੇ ਘੱਟ ਹੋਣਾ ਚਾਹੀਦਾ ਹੈ ਔਰ ਇੱਕ ਜਿਹੜਾ ਆਦਰੇ ਵੀ ਬੜੀ ਗੱਲ ਜ਼ਬਰਦਸਤ ਨੂੰ ਪਾਪੇ ਨੇ ਕਿਹਾ ਕੀ ਦੀ ਉਹਨੇ ਆਖਿਆ ਕਿ ਜਿਹੜਾ ਦਫਤਰ ਚੋਂ ਨਾਇਬ ਕਾਸ ਦਫਤਰ ਟਾਈਮ ਨਾ ਜਾਂਦਾ ਤੇ ਜਿਹੜਾ ਵੱਡਾ ਅਫਸਰ ਹੈ ਉਹ ਵੀ ਟਾਈਮ ਨਾ ਜਾਣਾ ਚਾਹੀਦਾ ਬੜੀ ਗੱਲ ਸਹੀ ਹੈ ਕਿਉਂਕਿ ਬਰਕਤ ਰੋਜ਼ੀ ਚ ਇਸ ਤੇ ਹੈ ਕਿ ਤੁਸੀਂ ਟਾਈਮ ਨਾਲ ਦਫਤਰ ਜਾਓ ਟਾਈਮ ਨਾਲ ਆਓ ਕੋਈ ਵੀ ਕੰਮ ਕਰਨਾ ਕਿਹੜਾ ਵੀ ਕੰਮ ਕਰਨਾ ਟਾਈਮ ਨਾਲ ਕਰੋ ਲੇਕਿਨ ਹਕੂਮਤ ਜਿਹੜੀ ਪ੍ਰੋਟੋਕੋਲ ਹੈ ਕਿਸੇ ਇੱਕ ਸੁਨੇਹਾ ਵਿੱਚ ਵਜ਼ੀਰ ਨੇ ਆਖਿਆ ਕਿ ਅੱਗੇ ਉਹ ਨੇ ਆਖਿਆ ਕਿ ਮੈਂ ਗੱਡੀ ਜਿਹੜੀ ਹੈ ਨਾ ਮਤਲਬ ਹੈ ਮੈਂ ਇੱਕ ਗੱਡੀ ਦੀ ਹੋ ਤਾਂ ਮੈਂ ਦੂਜੀਆਂ ਗੱਡੀਆਂ ਬਣਾ ਰੱਖਦਾ ਮੈਂ ਇੱਕੋ ਗੱਡੀ ਰੱਖਣਾ ਛੋਟੀ ਤੇ ਇੱਕ ਵਜ਼ੀਰ ਨੇ ਆਖਿਆ ਤੇ ਉਹਨਾਂ ਨੂੰ ਮਤ ਅੱਲਾਹ ਤਾਲਾ ਉਹਨਾਂ ਦਾਇਆ ਦਿੱਤੀ ਤੇ ਉਹਨੇ ਆਖਿਆ ਤੇ ਬੜੀ ਗੱਲ ਹੈ ਤੇ ਬਲਕਿ ਇਹ ਕਿ ਬਾਕੀ ਦਫਤਰ ਆਪਣੇ ਪੂਰੇ ਵਿੱਚ ਉਹ ਸਿਸਟਮ ਇਹ ਕਰ ਦੇਵੇ ਤੇ ਪੂਰੀ ਮਿਨਿਸਟਰੀ ਚ ਕਰ ਦੇਵੇ ਤੇ ਮੇਰੇ ਹਰਜਤ ਫਿਰ ਅਸੀਂ ਤਰੱਕੀ ਮਤਲਬ ਇਹ ਬਿਹਤਰ ਚੱਲ ਜਾਵਾਂਗੇ ਲੇਕਿਨ ਫਿਰ ਉਹ ਹੀ ਗੱਲ ਹੈ ਕਿ ਕਰਜ਼ੇ ਤਾਂ ਜਾਨ ਚੁਟਣੀ ਤਾਂ ਕਰਜ਼ਾ ਤਾਂ ਜੇ ਜਾਨ ਸੁਡਾਣੀ ਹੈ ਨਾ ਜੇ ਕਰਜ਼ਾ ਸੁਬਰਖਤ ਲੈ ਜਾਣਾ ਤੇ ਰੱਬ ਤੁਹਾਡੇ ਤੇ ਬੜੇ ਗਰਮ ਕਰਨਾ ਖੁਦਾ ਦੀ ਕਸਮ ਇਹ ਅਸਾਂ ਜਨਾਬਿਆਲੀ ਆ ਸਾਡੇ ਬੱਚਿਆਂ ਨੇ ਸਾਡੀ ਔਲਾਦਾਂ ਨੇ ਕਰਮ ਕਰਮ ਹੀ ਕਰਨਾ ਹੈ ਇਕਚਰੀ ਹੋ ਸੀਗੇ ਆਰਡਰਾਂ ਕੋਈ ਦਫਤਰ ਚ ਬੰਦਾ ਕੰਮ ਕਰਕੇ ਰਾਜ਼ੀ ਨਹੀਂ ਕੋਈ ਵਜ਼ੀਰ ਕੰਮ ਕਰਕੇ ਰਾਜ਼ੀ ਨਹੀਂ ਵਜ਼ੀਰਾਂ ਹੋਸ਼ ਨਹੀਂ ਹੁੰਦੀ ਉਸ ਤੋਂ ਇਲਾਵਾ ਕੋਈ ਅਸੀਂ ਆ ਵੀ ਕੰਮ ਕਰਕੇ ਰਾਜ਼ੀ ਨਹੀਂ ਮਤਲਬ ਕੋਈ ਜ਼ਿੰਮੇਵਾਰਾ ਜਿਹੜਾ ਉਹ ਅਸੀਂ ਕੋਸ਼ਿਸ਼ ਕਰਨੇ ਆ ਮਤਲਬ ਬੇਨਤੀ ਕਰਕੇ ਰਾਜ਼ੀ ਨਹੀਂ ਹੈ ਉਸ ਤੋਂ ਬਾਅਦ ਕੋਈ ਕਾਰੋਬਾਰ ਕਰਦਾ ਪੈ ਤਾਂ ਕਾਰੋਬਾਰ ਵੀ ਸੁਸਤੀ ਤਰੀਕਾ ਕਰਦੇ ਨੇ ਸਾਰੇ ਆਦਿ ਨੇ ਜਲਦੀ ਜਲਦੀ ਪੈਸੇ ਆ ਜਾਣ ਸਪੀਡੋ ਸਪੀਡੀ ਆਰ ਬੰਦਾ ਦਾ ਪੈਸੇ ਆ ਜਾਣ ਔਰ ਮਤਲਬ ਜਿਦੇ ਵੀ ਜਿਵੇਂ ਦਾ ਵੀ ਹੌਣ ਪੈਸੇ ਫਟੋ ਫਟ ਸਾਡੇ ਕੋਲ ਆਉਣ ਕਿਉਂਕਿ ਪੈਸੇ ਸਾਨੂੰ ਬਹੁਤ ਜ਼ਰੂਰੀ ਚਾਹੀਦੇ ਨੇ ਕਿ ਪੈਸੇ ਜਿਹੜੇ ਨੇ ਫਟਾਫਟ ਹੌਣ ਜਿਦੇ ਵੀ ਆਉਣੇ ਚਾਹੀਦੇ ਨੇ ਸਪੀਡੋ ਸਪੀਡੀ ਹੋਣ ਤੇ ਅਸੀਂ ਖਾਨ ਕਰਨਾ ਵੀ ਕੁਝ ਨਾ ਪਵੇ ਔਰ ਜਿਹੜਾ ਬੰਦਾ ਨੌਕਰੀਆਂ ਵਾਲੇ ਮਤਲਬ ਉਹ ਆਦਿਕ ਨੌਕਰੀ ਸਾਡੀ ਤਨਖਾਹ ਜਨਾਬ ਚੰਗੀ ਟਿਕਾ ਕੇ ਹੋਵੇ ਭਾਵੇਂ ਜਿੰਨੇ ਪੜੇ ਆ ਇਹ ਸਾਰੀਆਂ ਚੀਜ਼ਾਂ ਕੁਝ ਆਵਾਮ ਨੂੰ ਸਾਰਾ ਸਾਲ ਕਰਨਾ ਚਾਹੀਦਾ ਹੈ ਆਵਾਮ ਜਿਹੜੀ ਇਹ ਸਨ ਸੋਚਣਾ ਚਾਹੀਦਾ ਹੈ ਸੋਚ ਚਾਰਜ ਕਰਨੀ ਚਾਹੀਦੀ ਹੈ ਕਿ ਸਨ ਮਿਹਨਤ ਕਰਨੀ ਚਾਹੀਦੀ ਹੈ ਆਪਣੇ ਤੇ ਹੀ ਹਰ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹਕੂਮਤ ਨੂੰ ਚਾਹੀਦਾ ਹੈ ਕਿ ਕਰਜ਼ੇ ਤੋਂ ਸਾਡੀ ਜਾਨ ਛੁਡਾਵੇ ਤੇ ਇਹ ਜਿਹੜੇ ਬਿਜਲੀ ਦੇ ਬਿੱਲ ਤੇ ਇਹ ਗੈਸ ਦੇ ਬਿੱਲ ਤੇ ਜੋ ਕੋਈ ਸਾਡੇ ਪਿਛਲੇ ਪੁਰਾਣੇ ਪਾਕਿਸਤਾਨ ਚ ਦਿੱਕੀ ਆਉਂਦੇ ਉਹਨਾਂ ਮਤਲਬ ਹੈ ਕਿ ਪੁਰਾਣੇ ਜ਼ਮਖਤਾ ਪੁਰਾਣੇ ਜ਼ਮਾਨੇ ਚ ਉਹ ਤੋਂ ਸਾਨੂੰ ਮਾਫੀ ਲੱਭ ਜਾਏਦੀ ਸਾਡਾ ਕਰਜ਼ਾ ਲੈ ਗਿਆ ਕਿਉਂਕਿ ਕਰਜ਼ਾ ਲਾਣਾ ਤਾਂ ਸਾਡਾ ਕੰਮ ਜਾਨ ਛੁਟਣੀ ਹੈ ਅਦਰਵਾਈਜ਼ ਕੋਈ ਛੁਟਨੀ ਨੀਤਿਆ ਜਿਹੜਾ ਸੀਗਮ ਨੇ ਪੀਂਦੇ ਨੋ ਦਾ ਸਿਗਰਟ ਸੂਟ 500 ਵਾਲੇ ਤੇ ਅਸੀਂ ਦਵਨ ਉੱਕੇ ਚਿਕਨੇ ਪੋਣੇ ਉੱਕਾ ਪਖਾਣਾ ਪੋਣਾ ਤੁਹਾਨੂੰ ਸਲਾਮਬਾਦ ਵੀ ਤੇ ਪਿੰਨਾ ਚ ਵੀ ਤੇ ਜਿੱਥੇ ਜਿੱਥੇ ਜਿਹੜੇ ਜਿਹੜੇ ਸ਼ਹਿਰਾਂ ਜਾਂਦੇ ਸਮਝ ਆਈਏ ਨਾ ਫਿਰ ਉੱਕੇ ਹੀ ਪਖਾਓ ਦੇ ਇਹ ਦਵਨ ਜਿਹੜਾ ਨੇ ਸਿਗਰਟ ਸੂਗਰ ਤੁਸੀਂ ਨਹੀਂ ਪੀ ਸਕਦੇ ਤੇ ਦੂਜੇ ਨੰਬਰ ਤੇ ਇੱਕ ਮੈਂ ਹੋਰ ਗੱਲ ਸੁਣੀ ਮੈਂ ਸੁਣਿਆ ਕਿ ਜਿਹੜੇ ਸਿਗਰਟਾਂ ਦੀਆਂ ਫੈਕਟਰੀਆਂ ਲੱਗੀਆਂ ਹਨ ਉਹ ਲਗੀਆਂ ਕਿ ਪੀਕੇ ਜਿਹੜੇ ਲਗੀਆਂ ਉਹਨਾਂ ਦੀ ਉਹ ਇਲਾਕਾ ਗੈਰ ਚ ਉਹਨਾਂ ਦੇ ਦੇ ਗੇਟ ਨੂੰ ਲੱਗੇ ਤੇ ਫੈਕਟਰੀਆਂ ਬੈ ਸ਼ਕੂਰਾ ਲੱਗੀਆਂ ਲੇਕਿਨ ਫੈਕਟਰੀਆਂ ਕਿ ਉਹ ਟੈਕਸ ਉਹ ਟੈਕਸ ਫ੍ਰੀ ਉਹਨਾਂ ਦਾ ਤੇ ਫਿਰ ਟੈਕਸ ਜਿਹੜੀ ਪੈਸੇ ਇਤਨਾ ਜ਼ਿਆਦਾ ਹੁੰਦੇ ਰੋ ਕਿਉਂ ਹੁੰਦੇ ਇਹ ਗੱਲ ਦੀ ਸਮਝ ਆਉਂਦੀ ਤੇ ਨੰਬਰ 1 ਨੰਬਰ 2 ਇਹ ਗੱਲ ਕਰਨੀ ਹੈ ਕਿ ਸਿਗਰਟ ਜਿਹੜੇ ਨਾ ਸੀ ਨਾ ਪੀਵੀਏ ਤੇ ਕੈਸਾ ਹੈ ਕਰਨਾ ਇੰਚਾ ਹੈ ਕਿ ਰੋਟੀ ਟੁੱਕਰ ਤੋਂ ਲੱਭਦਾਂ ਰੰਦਾ ਰੋਟੀ ਟੁੱਕਰ ਤੋਂ ਲੱਭਦਾਂ ਰੰਦਾ ਹਰ ਬੰਦੇ ਲੱਭਦਾ ਪਿਆ ਅਸੀਂ ਜਿਸ ਵੇਲੇ ਕੱਪੜੇ ਛਪੜੇ ਹਰ ਬੰਦੇ ਕੋ ਦਹਾ ਦਾ ਸੂਟ ਪੰਜ ਪਾਈ ਸੂਟ ਨੂੰ ਦੋ ਦੋ ਸੂਟ ਚਾਰ ਚਾਰ ਗੁਜ਼ਾਰਾ ਚੱਲਦਾ ਪਿਆ ਕੱਪੜੇ ਇੰਨੇ ਨਹੀਂ ਕੋਪਾਟਣ ਅਗਰ ਅਸੀਂ ਇਹ ਜੀ ਕਰੀਏ ਕਿ ਕੰਮ ਅਸੀਂ ਲੰਮਾ ਮਤਲਬ ਹੈ ਕਿ ਕਰੀਏ ਕਿ ਨਾ ਜਾਈਏ ਦੁਕਾਨਾਂ ਤੇ ਜਿੱਥੇ ਮਹਿੰਗੀ ਚੀਜ਼ਾਂ ਨਾ ਲਓ ਸਬਜ਼ੀ ਸਬਜ਼ੀ ਲੈ ਲਓ ਆਟਾ ਝਟਾ ਲੈ ਲਓ ਰੋਟੀ ਖਾਓ ਉਹ ਇਹ ਜਿਹੜੀ ਐਕਸਟਰਾ ਸੀਜ ਕਰਨੇ ਹੈ ਬੰਦ ਕਰੀਏ ਤੇ ਮਾਮੂਲਤ ਮੇਰੇ ਖਾਜ ਬਿਹਤਰ ਹੋ ਜਾਣੇ ਅਗਰ ਤੁਸੀਂ ਸਿਗਰਟ ਹੀ ਪੀਣਾ ਛੱਡ ਦਿਓ ਤੇ ਸਿਗਰਟਾਂ ਦੇ ਤਖਦਰਾ ਦੁਕਾਨਾਂ ਵਾਲੇ ਪੇਰਾਂ ਤੇ ਸਿਗਰ ਇੱਕਰ ਅਸੀਂ ਕਰ ਕਰਾ ਸੀ ਦੀ ਅਸੀਂ ਇਹ ਕਰਾਂ ਦੇ ਜਦੋਂ ਅਸੀਂ ਕੌਮ ਬਣਾ ਦੇ ਜਦੋਂ ਅਸੀਂ ਇੱਕ ਕੌਮ ਬਣ ਜਾਣਾ ਨਾ ਇਸ ਵਾਸਤੇ ਮੈਂ ਗੱਲ ਕਰਨਾ ਪਿਆ ਕਿ ਕੌਮ ਬਣੀ ਹੁਣ ਹੁਣ ਵਕਤ ਨਹੀਂ ਹੁਣ ਅਸੀਂ ਇੱਕ ਕੌਮ ਬਣੀਏ ਸਿਗਰਟ ਸਿਗਰਟ ਛੱਡ ਦਿਓ ਸਾਰੇ ਤੁਸੀਂ ਆ ਕੋ ਸਿਗਰਟ ਅਸਾਂ ਨਹੀਂ ਪੀਣੇ ਕੋਈ ਬੰਦਾ ਸਿਗਰਟ ਨਾ ਪੀਵੇ ਸਿਗਰਟ ਦੁਕਾਨ ਤੇ ਨਾ ਲੈਣ ਜਾਵੇ ਕੋਈ ਨੇ ਮੌਤ ਆ ਚਲੀ ਕੋਈ ਮਸਲਾ ਨਹੀਂ ਹੁੰਦਾ ਤੇ ਇਨਸ਼ਾ ਅੱਲਾ ਇਨਸ਼ਾ ਅੱਲਾ ਸਾਰੇ ਮਾਮਲੇ ਸਾਥ ਫਿਰ ਫਿੱਟ ਹੋ ਜਾਣਗੇ ਤੇ ਅਸਾਂ ਤਰੱਕੀ ਵੀ ਕਰਨੀ ਹੈ ਤੇ ਅਸਾਂ ਕਰਮ ਵੀ ਹੋਣਾ ਸਾਡੇ ਤੇ ਪਾਕਿਸਤਾਨ ਤੇ ਮੇਰੇ ਚੈਨਲ ਸਬਸਕ੍ਰਾਈਬ ਵੀ ਕਰਨਾ ਹੈ ਤੇ ਬੈਲ ਆਗਰ ਦੀ ਬਟਨ ਦਬਾਣਾ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤਰੇ ਚਾਰ ਗੱਲਾਂ ਇੱਕ ਪ੍ਰੋਟੋਕੋਲ ਠੀਕ ਹੈ ਦੂਜਾ ਨੰਬਰ ਤੇ ਜ਼ਰ ਜ਼ਿੰਨੀ ਦਾ ਰਲ ਜਾਤੀ ਹੋ ਰਹੀ ਚੌਥੇ ਨੰਬਰ ਤੀਜੇ ਨੰਬਰ ਤੇ ਜਿਹੜਾ ਐ ਸਿਗਰਟ ਦਾ ਜਿਹੜਾ ਮਹਿੰਗਾਈ ਹੋ ਗਈ ਸਿਗਰਟ ਨਾ ਪੀਓ ਤੇ ਬਿਹਤਰ ਹੈ ਫਿਰ ਦੁਕਾਨਦਾਰ ਜਿਹੜੀ ਚੀਜ਼ਾਂ ਫਾਲਤੂ ਚੀਜ਼ਾਂ ਲੈਂਦੇ ਹੋ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਿਜ਼ਾਮ ਚੱਲਦਾ ਪਿਆ ਉਹ ਨਾ ਲਓ ਤੇ ਫਿਰ ਉਹ ਮਾਮਲੇਤ ਹੋ ਸਕਦੇ ਆਪਣੇ ਤਾਂ ਅਸੀਂ ਵੀ ਕੋਸ਼ਿਸ਼ ਕਰਨੀ ਹੈ ਕਿਉਂਕਿ ਉਹਨਾਂ ਨੇ ਸਾਡੇ ਨਾਲ ਜੋ ਕੋਈ ਕਰਨਾ ਸੀ ਉਹ ਕਰ ਛੜਿਆ ਹੁਣ ਅਸੀਂ ਆਪਣੇ ਤਾਂ ਕੋਈ ਕੋਸ਼ਿਸ਼ ਕਰੀਏ ਤਾਂ ਮਾਮਲਾ ਸਿਆਸੀ ਤੇ ਹੋ ਜਾਣਾ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਮੈਨੂੰ ਤੁਸਾਂ ਮਤਲਬ ਕਿ ਮੇਰਾ ਚੈਨਲ ਵੇਦੇਓ ਮੇਰੀ ਵੀਡੀਓ ਵੇਦੇਓ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੇ ਬਹੁਤ ਨਵਾਜ਼ਿਸ਼ ਤੁਹਾਡੀ ਤੁਸੀਂ ਮਤਲਬ ਮੇਰੇ ਨਾਲ ਫੋਨ ਤੇ ਵੀ ਗੱਲ ਕਰਦੇ ਹੋ ਮੈਨੂੰ ਮਸ਼ਵਰੇ ਵੀ ਦਿੰਦੇ ਹੋ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਜਿੱਥੇ ਵੀ ਹੋ ਜਿੱਥੇ ਜਿੱਥੇ ਵੀ ਹੋ ਪਾਕਿਸਤਾਨੀ ਸਾਰੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਤੇ ਓਵਰਸੀਜ਼ ਜਿਹੜੇ ਖਾਸ ਤੌਰ ਤੇ ਉਹ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਉਹ ਮੈਨੂੰ ਫੋਨ ਕਰਦੇ ਨੇ ਤੇ ਬੜੀ ਮਿਹਰਬਾਨੀ ਅਸਲਾਮੁਅਲੈਕੁਮ ਰahmatullahi ਵਬਾਰਕਾਤੋ